ਕਥਾ ਕਰਨ ਜਾ ਰਿਹਾ ਸੀ ਤੇ ਮੈਨੂੰ ਪਤਾ ਨਹੀਂ ਸੀ ਤੇ ਇਹਨਾਂ ਦੀ ਇੰਨੀ ਤਿਆਰੀ ਹੈ ਤੇ ਇਹਨਾਂ ਨੇ ਮੈਂ ਜਾ ਕੇ ਸਟੇਜ ਤੇ ਬੈਠ ਗਿਆ ਤੇ ਇਹਨਾਂ ਨੇ ਸੰਗਤ ਵਿੱਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਮੇਰੇ ਕੰਨ ਵਿੱਚ ਕਿਹਾ ਬਈ ਤੁਸੀਂ ਕਥਾ ਨਹੀਂ ਕਰਨੀ ਮੈਂ ਕਿਹਾ ਨਹੀਂ ਕਰਦਾ ਫਿਰ ਦੁਬਾਰੇ ਕਿਹਾ ਵੀ ਕਥਾ ਨਹੀਂ ਕਰਨੀ ਮੈਂ ਕਿਹਾ ਨਹੀਂ ਕਰਦਾ ਉਹਨਾਂ ਚਲੋ ਸਟੇਜ ਦੇ ਉੱਤੇ ਗੁਰਪ੍ਰਸ਼ਾਦ ਸਿੰਘ ਜੀ ਮੰਡ ਬੋਲ ਰਹੇ ਸੀ ਤੇ ਇੰਟਰੋਡਕਸ਼ਨ ਦੇ ਰਹੇ ਸੀ ਤੇ ਇੰਨੇ ਸਮੇਂ ਦੇ ਵਿੱਚ ਇਹਨਾਂ ਨੇ ਹੋਰ ਰੌਲਾ ਪਾ ਦਿੱਤਾ ਉਹਨਾਂ ਨੇ ਕਿਹਾ ਵੀ ਚਰਨ ਸਿੰਘ ਜੀ ਉੱਠ ਕੇ ਅੱਗੇ ਆ ਗਏ ਤੇ ਪਰਮਜੀਤ ਸਿੰਘ ਢਾਡੀ ਉਹ ਉੱਠ ਕੇ ਮੈਨੂੰ ਤਾਂ ਇਉਂ ਲੱਗਦਾ ਸੀ ਵੀ ਉਹ ਸੈਕਟਰੀ ਨੂੰ ਪਕੜਨਗੇ ਪਰ ਉਹਨਾਂ ਨੇ ਕਿਹਾ ਬਈ ਅਸੀਂ ਇਹਨਾਂ ਨਾਲ ਪਹਿਲਾਂ ਗੱਲ ਕਰਨੀ ਆ ਹਾਂਜੀ ਉਹ ਹੋਰ ਵੀ ਕਮੇਟੀ ਦੇ ਮੈਂਬਰ ਵਿੱਚ ਆ ਗਏ ਤੇ ਉਹਨਾਂ ਨੇ ਆ ਕੇ ਆਖਿਆ ਵੀ ਤੁਸੀਂ ਪੰਜ ਬੰਦੇ ਆ ਜਾਓ ਤੇ ਅਸੀਂ ਵਿਚਾਰ ਕਰ ਲੈਣੇ ਮੈਨੂੰ ਕਹਿੰਦੇ ਭਾਈ ਸਾਹਿਬ ਆ ਜਾਓ ਮੈਂ ਕਿਹਾ ਜੀ ਠੀਕ ਹੈ ਹੁਣ ਸਾਡੀ ਇਹ ਪਰੰਪਰਾ ਰਹੀ ਹੈ ਕਿ ਅਸੀਂ ਪੰਜ ਪਿਆਰਿਆਂ ਤੇ ਬਹੁਤ ਵਿਸ਼ਵਾਸ ਕਰਦੇ ਹਾਂ ਕਰਨਾ ਵੀ ਚਾਹੀਦਾ ਤੇ ਮੈਂ ਸੋਚਿਆ ਵੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਪੰਜ ਪਿਆਰਿਆਂ ਦੀ ਪੰਜ ਸਿੰਘਾਂ ਦੀ ਗੱਲ ਕਰਕੇ ਚੱਲੇ ਹੈ ਭਈ ਇਹ ਸਾਰੇ ਧਰਮੀ ਝੋਲੇ ਹੈ ਧਰਮੀ ਬੰਦੇ ਹੈ ਕੋਈ ਗੱਲ ਨੀ ਮੈਂ ਵੀ ਤੁਰ ਪਿਆ ਉੱਠ ਕੇ ਮੈਂ ਤਾਂ ਪਿੱਛੇ ਮੁੜ ਕੇ ਵੀ ਨੀ ਦੇਖਿਆ ਸੀ ਕਿਉਂ ਮੈਂ ਡੋਰ ਖੋਲੀ ਬਾਹਰ ਨਿਕਲਿਆ ਕਿਉਂ ਇਹ ਸਾਰੇ ਇਕੱਠੇ ਹੋ ਗਏ ਤੇ ਮੇਰੇ ਕਈ ਪਾਸੇ ਤੋਂ ਬਾਹਾਂ ਮਰੋੜ ਕੇ ਮੁੱਕੇ ਮਾਰੇ ਤੇ ਮੇਰੀ ਦਸਤਾਰ ਲਾ ਦਿੱਤੀ ਮੇਰੇ ਗਲ ਦਾ ਪਰਨਾ ਲਾ ਕੇ ਲੈ ਗਏ ਤੇ ਮੈਨੂੰ ਕੇਸ ਖਿੱਚ ਕੇ ਪਿੱਛੇ ਨੂੰ ਸਿੱਟ ਲਿਆ ਤੇ ਉਹਨਾਂ ਨੇ ਕਾਫੀ ਦੱਤਾਂ ਮਾਰੀਆਂ ਤੇ ਇਸ ਤਰ੍ਹਾਂ ਦਾ ਵਿਹਾਰ ਕੀਤਾ ਅੰਕਲ ਜੀ ਕਿਉਂ ਤੁਹਾਨੂੰ ਲੱਗਦਾ ਇਹਨਾਂ ਅਟੈਕ ਤੁਹਾਡੇ ਉੱਤੇ ਕਾਹਤੋਂ ਕੀਤਾ ਗਿਆ ਸੀਗਾ ਇਹ ਤਾਂ ਮੇਰੇ ਸਮੇਂ ਤੋਂ ਇਹਨਾਂ ਦੀਆਂ ਗੱਲਾਂ ਚੱਲਦੀਆਂ ਸੀ ਕਿਉਂਕਿ ਇੱਕ ਮਕਸਦ ਹੈ ਉਹ ਮਕਸਦ ਇਹ ਹੈ ਵੀ ਅੱਗੇ ਲੋਕ ਸੀ ਜਿਹੜੇ ਉਹ ਟਕਸਾਲ ਦੇ ਵੱਲੋਂ ਸੰਥਿਆ ਲੈ ਕੇ ਆਉਂਦੇ ਸੀ ਇਹਦਾ ਮਤਲਬ ਇਹ ਹੈ ਵੀ ਉਹ ਪਹਿਲਾਂ ਹੀ ਇਹਨਾਂ ਨੂੰ ਪੜ੍ਹਾ ਦਿੰਦੇ ਸੀ ਜੋ ਕੁਝ ਕਰਨਾ ਫਿਰ ਦੁਬਾਰੇ ਸੰਥਿਆ ਦੀ ਗੱਲ ਨੈਟ ਤੇ ਚਲੇਗੀ ਲੋਕੀ ਸੰਥਿਆ ਦੀ ਗੱਲ ਸੀ ਇਹਨਾਂ ਕੋਲੋਂ ਨਿਕਲ ਗਏ ਫਿਰ ਦੁਬਾਰੇ ਗੱਲ ਹੋਈ ਵੀ ਕਤਕਾ ਸਿਖਾ ਕੇ ਇਹਨਾਂ ਨੇ ਗੁਰਦੁਆਰਿਆਂ ਵਿੱਚ ਭੇਜ ਦਿੱਤੇ ਠੀਕ ਹੈ ਸਾਡਾ ਮਾਰਸ਼ਲ ਲਾ ਹੈ ਉਹਦੇ ਜ਼ਰੀਆ ਇਹਨਾਂ ਨੇ ਲੋਕ ਕੈਪਚਰ ਕਰ ਲਏ ਚਲੋ ਠੀਕ ਹੈ ਉਧਰਲੇ ਪਾਸੇ ਵੀ ਆ ਗਏ ਫਿਰ ਤੀਜੀ ਗੱਲ ਇੱਕ ਹੋਰ ਆਈ ਹੋਣ ਹੁਣ ਜਿਹੜੇ ਪ੍ਰਚਾਰਕ ਉੱਠੇ ਆ ਉਹ ਇਹਨਾਂ ਦੀ ਬੋਲੀ ਨਹੀਂ ਬੋਲਦੇ ਇਹਨਾਂ ਦੀ ਬੋਲੀ ਅਸੀਂ ਕਿਵੇਂ ਬੋਲ ਸਕਦੇ ਹਾਂ ਉਹ ਜਿਹੜੀਆਂ ਗੱਲਾਂ ਗਲਤ ਹੈ ਉਹ ਗਲਤ ਹੀ ਹੈ ਉਹਨਾਂ ਉਹ ਨਾ ਬੋਲਣ ਕਰਕੇ ਫਿਰ ਇਹ ਜਿਹੜੇ ਵੀ ਬੰਦੇ ਇਹਨਾਂ ਦੀ ਬੋਲੀ ਨਹੀਂ ਬੋਲਦੇ ਇਹ ਉਹਨਾਂ ਨਾਲ ਫਿਰ ਕੁੱਟਮਾਰ ਕਰਦੇ ਹੈ ਇਹ ਇਹਨਾਂ ਦਾ ਵਿਰਸਾ ਤੇ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਬਈ ਸਾਨੂੰ ਇਹ ਕੋਈ ਹੱਕ ਨਹੀਂ ਹੋਣਾ ਚਾਹੀਦਾ ਬਈ ਅਸੀਂ ਇੱਕ ਦੂਜੇ ਨੂੰ ਮਾਰੀਏ ਕੁੱਟੀਏ ਤੁਹਾਡੇ ਵਿਚਾਰ ਸਾਡੇ ਵਿਚਾਰ ਨਹੀਂ ਚੱਲਦੇ ਅਸੀਂ ਕਿਤੇ ਵੀ ਨਹੀਂ ਚੱਲਦੇ ਇਹਨਾਂ ਨੂੰ ਰੋਕਣ ਵਾਸਤੇ ਵੀ ਤੁਸੀਂ ਇਹ ਗੱਲਾਂ ਨਾ ਕਰੋ ਇਹਨਾਂ ਦੇ ਵੀ ਤਾਂ ਬਾਬੇ ਜਿਹੜੇ ਉਹ ਕਿੰਨਾ ਕਿੰਨਾ ਕੁਛ ਕੁਫਰ ਤੋਲਦੇ ਆ ਮੈਂ ਨਾ ਦੇਖ ਕੇ ਗੱਲ ਕਰਦਾ ਤੇ ਉਹ ਪਟਿਆਲੇ ਵਾਲੇ ਦੇਖੋ ਤੁਸੀਂ ਉਹਨਾਂ ਦੇ ਕਿੰਨਾ ਕਿੰਨਾ ਕੁਛ ਬੋਲਿਆ ਹੋਇਆ ਵੀ ਇਹ ਪੱਤੀ ਮਾਲਾ ਫੇਰਦੇ ਆ ਚੀਕਾਂ ਨਿਕਲ ਜਾਂਦੀਆਂ ਇਹੋ ਜਿਹੀ ਕਿਹੜੀ ਬੰਦਗੀ ਜਿਹੜੀ ਚੀਕਾਂ ਕਢਾ ਦਿੰਦੀ ਹੈ ਗੁਰਮਤ ਵਿੱਚ ਤਾਂ ਲੋਕ ਆਰਿਆਂ ਦੇ ਥੱਲਿਆਂ ਕੰਧਿਆਂ ਥੱਲੇ ਵੀ ਚੀਕਾਂ ਨਹੀਂ ਨਿਕਲੀਆਂ ਬੰਦ ਬੰਦ ਕਟਵਾਉਂਦਿਆਂ ਵੀ ਚੀਕਾਂ ਨਹੀਂ ਨਿਕਲੀਆਂ ਤੇ ਇਹ ਕਿਹੋ ਜਿਹੀ ਬੰਦਗੀ ਜਿਹੜੀ ਚੀਕਾਂ ਕਢਵਾ ਦਿੰਦੀ ਹੈ ਜੇ ਅਸੀਂ ਇਹਨਾਂ ਨੂੰ ਇਹ ਗੱਲਾਂ ਪੁੱਛਦੇ ਆ ਅਸੀਂ ਤਾਂ ਪੁੱਛਦੇ ਵੀ ਨਹੀਂ ਅਸੀਂ ਕਹਿੰਦੇ ਜੋ ਮਰਜ਼ੀ ਕਹੋ ਤੁਸੀਂ ਹਾਂਜੀ ਜੋ ਤੁਹਾਡਾ ਜੀ ਕਰਦਾ ਉਹ ਕਹੋ ਪਰ ਸਾਨੂੰ ਤਾਂ ਸਾਡੀ ਗੱਲ ਕਹਿਣ ਦਿਓ ਨਾ ਨਾ ਤਾਂ ਤੁਸੀਂ ਸੱਚ ਬੋਲਿਆ ਨਾ ਸਾਨੂੰ ਬੋਲਣ ਦੇ ਰਹੇ ਆ ਇਹ ਤਾਂ ਕਿੱਡਾ ਵੱਡਾ ਨਰਥ ਹੈ ਜਾਂ ਤਾਂ ਤੁਸੀਂ ਸੱਚ ਬੋਲਿਆ ਹੋਇਆ ਹੁੰਦਾ ਫਿਰ ਵੀ ਠੀਕ ਸੀ ਹੁਣ ਇੱਕ ਇੱਕ ਫੇਸਬੁੱਕ ਦੇ ਉੱਤੇ ਸਵੇਰ ਤੋਂ ਸ਼ਾਮ ਤੱਕ 50 ਇਹੋ ਜਿਹੇ ਸਾਧ ਆਉਂਦੇ ਆ
ਜਿਹਨਾਂ ਦੇ ਥੱਲੇ ਇਹ ਫੁੱਲ ਸਿੱਟਦੇ ਆ ਤੇ ਲੋਕ ਉਹਨਾਂ ਦੀ ਗੁਲਾਮੀ ਕਰ ਰਹੇ ਆ, ਇਹ ਅਸੀਂ ਨਹੀਂ ਬਰਦਾਸ਼ਤ ਕਰ ਸਕਦੇ। ਮੰਨਿਆ ਹੀ ਮੇਰਾ ਹਜ਼ੂਰੀਆ ਲਾ ਕੇ ਲੈ ਗਏ, ਮੰਨਿਆ ਹੀ ਮੈਨੂੰ ਕੁੱਟਮਾਰ ਕਰਕੇ ਚਲੇ ਗਏ, ਮੰਨਿਆ ਕਿਉਂਕਿ 50-60 ਜਣੇ ਸੀ, ਮੈਂ ਇਕੱਲਾ ਸੀ। ਪਰ ਇੱਕ ਗੱਲ ਚੇਤਾ ਰੱਖਿਓ, ਮੈਂ ਨਾ ਮਾਫ਼ੀ ਮੰਗੀ ਹੈ ਤੇ ਨਾ ਹੀ ਮੈਂ ਮੰਗਣੀ ਹੈ। ਗੱਲ ਦਾ ਸਵਾਦ ਤਾਂ ਸੀ ਹਜ਼ੂਰੀਆ ਤੇ ਇੱਕ ਕੱਪੜਾ ਹੈ, ਉਹਨੂੰ ਲੈ ਕੇ ਕਿੱਡੀ ਕੁ ਵੱਡੀ ਗੱਲ ਸੀ। ਗੱਲ ਦਾ ਸਵਾਦ ਤਾਂ ਸੀ, ਤੁਸੀਂ ਇੰਨੀ ਕੁੱਟਮਾਰ ਕਰਕੇ ਮੇਰੇ ਕੋਲੋਂ ਇਹ ਨਹੀਂ ਕਹਾ ਸਕੇ ਵੀ ਮੈਂ ਇਸ ਗੱਲ ਤੇ ਪਹਿਰਾ ਨਹੀਂ ਦਿਆਂਗਾ। ਮੈਂ ਗੁਰਮਤਿ ਤੇ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ, ਮੈਂ ਉਸੇ ਤੇ ਹੀ ਪਹਿਰਾ ਦਿਆਂਗਾ, ਉਸੇ ਤੇ ਹੀ ਗੁਰੂ ਗ੍ਰੰਥ ਸਾਹਿਬ ਤੋਂ ਮੈਂ ਲਾਮੇ ਜਾਵਾਂ। ਤਾਂ ਮੈਨੂੰ ਜਿੱਥੇ ਕਹੋਗੇ ਮੈਂ ਉੱਥੇ ਮਾਫ਼ੀ ਮੰਗਾਂਗਾ, ਮੈਨੂੰ ਕੋਈ